ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ, ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਕਿਉਂਕਿ ਜਨਾਬ ਮੈਂ ਵੀਰਾਂ ਵਾਸਤੇ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਤੁਰਵਾਂ। ਇਸ ਤਰ੍ਹਾਂ ਜਨਾਬ ਅੱਜ ਦੋਸਤਾਂ ਵਾਸਤੇ ਦੋ ਜਾਨਵਰ ਨੇ ਜਨਾਬ, ਦੋਵੇਂ ਪਹਿਲਣਾ ਤੇ ਜਨਾਬ ਦੋਵੇਂ ਸੱਜਣਾ, ਅੱਲਾ ਦੇ ਫਜ਼ਲ ਨਾਲ ਵਿੱਚੇ ਜਨਾਬ ਤੁਹਾਨੂੰ ਜਾਨਵਰ ਦੀ ਇੱਕ ਲੋਡਿੰਗ ਵੀ ਚੈੱਕ ਕਰਾਵਾਂਗੇ, ਉੱਥੋਂ ਜਾਨਵਰਾਂ ਨੂੰ ਤਸੱਲੀ ਕਰਾਵਾਂਗੇ। ਬਾਕੀ ਜਨਾਬ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਮਾਲਕ ਨਾਲ ਕਰ ਲੈਂਦੇ ਹਾਂ ਤੇ ਗੱਡੀ ਤੁਹਾਨੂੰ ਖਾਣੇ ਜਨਾਬ ਲੋਡ ਵੀ ਕਰਾਉਣੇ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ। ਸਲਾਮ ਭਾਈ, ਕੀ ਹਾਲ? ਅੱਲਾ ਦਾ ਸ਼ੁਕਰ ਭਾਈ, ਠੀਕ ਠਾਕ ਹੋ ਭਾਈ ਜਾਨ? ਅੱਲਾ ਦਾ ਸ਼ੁਕਰ ਭਾਈ ਸਾਰੇ। ਸਾਡਾ ਬਹੁਤ ਪਿਆਰਾ ਦੋਸਤ ਆ, ਸੋਦੀਆ ਬੈਠਾ ਹੈ, ਮੇਰਾ ਭਾਈ ਵੀ ਉੱਥੇ ਕੰਮ ਕਰਦਾ ਹੈ ਤੇ ਉਹ ਵੀ ਭਾਈ ਉੱਥੇ ਕੰਮ ਕਰਦੇ ਨੇ। ਇਹ ਤੇ ਭਾਈ ਨੇ ਸਾਡਾ ਰਾਬਤਾ ਕੀਤਾ, ਸ਼ਹਿਬਾਜ਼ ਭਾਈਆਂ ਦਾ ਨਾਮ ਹੈ, ਇਹਨੇ ਸਾਨੂੰ ਰਾਬਤਾ ਕੀਤਾ ਜੱਦੇ 'ਚ ਰਹਿੰਦਾ ਹੈ। ਉਹਨੂੰ ਫਿਰ ਕਹਾਂ ਮੈਂ ਦੱਸਿਆ ਸੀ ਫਲਾਂ ਜਗ੍ਹਾ 'ਤੇ ਮੇਰਾ ਭਾਈ ਆ, ਅਗਰ ਤੁਹਾਨੂੰ ਕੋਈ ਚੀਜ਼ ਦੀ ਗਰੰਟੀ ਚਾਹੀਦੀ ਹੈ, ਮੇਰਾ ਵੀਰ ਭਾਈ ਗਿਆ ਭਾਈ ਸ਼ਹਿਬਾਜ਼ ਕੋਲ, ਭਾਈ ਸ਼ਹਿਬਾਜ਼ ਦਾ ਕੋਈ ਨੰਬਰ ਲੈਣਾ ਚਾਹੇ ਅਸੀਂ ਭਰਾਵਾਂ ਨੂੰ ਉਹ ਵੀ ਦੇਵਾਂਗੇ। ਆ ਸ਼ਹਿਬਾਜ਼ ਭਾਈ ਕੋਲ ਸਾਡੀ ਗਰੰਟੀ ਲੈ ਸਕਦੇ, ਪਹਿਲੀ ਦਫ਼ਾ ਸਾਨੂੰ ਰਾਬਤਾ ਕਰਕੇ ਉਹਨੂੰ ਜਨਮ ਦਿਆ, ਅੱਲਾ ਪਾਕ ਉਹਦੇ ਨਸੀਬਾਂ 'ਚ ਕਰੇ। 3,30,000 ਰੁਪਏ ਦਾ ਭਾਈ ਨੂੰ ਜਨਮ ਦਿੱਤਾ ਹੈ ਔਰ ਇਨਸ਼ਾਅੱਲਾ ਬਹੁਤ ਅੱਛਾ ਜਨਮ ਇਹ ਭਾਈ ਅੱਲਾ ਦੇ ਕੋਲ ਲੈ ਕੇ ਜਾਏਗਾ ਤੇ ਫਿਰ ਇਨਸ਼ਾਅੱਲਾ ਗਾ ਹੋਰ ਵੀ ਜਾਨਵਰ ਪਾਏਗਾ ਤੇ ਫਿਰ ਅੱਛਾ ਸਾਰਾ ਜਾਨਵਰ ਯਾਦ ਕਰੇ। ਠੀਕ ਹੋ ਗਿਆ, ਦੂਸਰਾ ਦਿਨ ਸੂਈ ਨੂੰ 16 ਲੀਟਰ ਗੜਵੀਆ ਮਰਵਾ ਕੇ ਦੇਵਾਂਗੇ, ਜਿਹੜਾ ਭਰਾ ਵੀ ਲਵੇ ਦੋ ਟਾਈਮ ਚੁਆਈ ਕਰਵਾ। ਜਾਨਵਰ ਜਾਨਵਰ ਨੰਬਰ ਇੱਕ ਆਪਾਂ 3,20,000 ਰੁਪਏ ਦਾ ਵੀਰਾਂ ਦਿਆਂ। ਜਾਨਵਰ ਨੰਬਰ ਇੱਕ 3,20,000 ਦਾ। ਜਾਨਵਰ ਨੰਬਰ ਦੋ ਇਹ ਬਾਈਆਂ ਜਿਹੜੀ ਦੋਂਦੀ ਵੱਡੀ ਵਿਆੜ ਆ ਇਹ ਆਪਾਂ ਦਿਆਂਗੇ 3,60,000 ਰੁਪਏ। 3,60,000 ਦਾ ਇਹਨਾਂ ਤੇ ਗੁੰਜਾਇਸ਼ ਹੋਵੇਗੀ? ਇਨਸ਼ਾਅੱਲਾ ਜ਼ਰੂਰ ਹੋਵੇਗੀ, ਹੋਵੇਗੀ ਇੰਨੀ ਕੁ ਮਤਲਬ ਜਿਵੇਂ ਆਪਾਂ ਅੱਗੇ ਰੇਟ ਵੱਧ ਨਹੀਂ ਕਰਦੇ, ਉਹ ਵੀ ਇੱਕ ਪਿਆਰ ਮੁਹੱਬਤ ਨਾਲ ਜੀ ਥੋੜਾ ਬਹੁਤਾ ਜਿਹੜਾ ਵੀ ਕਲਾਸ਼ ਦਾ ਉਹਦਾ ਹੀ ਥੋੜਾ ਪਿਆਰ ਨਹੀਂ ਵੀ ਹੋਵੇਗਾ। ਬਾਕੀ ਛੱਡਿਆ ਮਾਰਦੇ ਗਿਲ ਟੀਮ ਰੋੜੀ ਲੁਕਸ ਐਪ ਅਗਲੇ ਦਾ ਘਰ ਵੀ ਆਪਣਾ ਕਰੋ ਵਾਪਸੀ ਇਨਸ਼ਾਅੱਲਾ। ਭਾਈ ਸ਼ਹਿਬਾਜ਼ ਨੇ ਵੀ ਆਖਿਆ ਦੁੱਧ ਉਹਨਾਂ ਨਾਲ ਹੋਵੇ, ਸੰਚ ਮਸਲਾ ਹੋਵੇ, ਕੋਈ ਮਸਲਾ ਵੀ ਹੋਵੇ, ਮੇਰੀ ਬਾਤ ਲਾਂਬਸ ਭਾਈ ਦੁੱਧ ਜਿਹੜਾ ਹੁੰਦਾ ਨਸੀਬ ਪਾਏ ਦਾ ਹੁੰਦਾ ਇਨਸ਼ਾਅੱਲਾ। ਉਹ ਗੱਲ ਉਹ 2% ਬਾਕੀ ਇਹਨਾਂ ਤਸੱਲੀ ਬਾਅਦ ਕਰਵਾ ਦੇਣੇ। ਇਹ ਵੱਛੀ ਮਗਰੇ ਦੇ ਮਾਸ਼ਾਅੱਲਾ, ਚੈੱਕ ਕਰ ਲੈਣਾ ਜਨਾਬ ਇਹ ਗਾਂ ਜੇ ਇੱਕ ਦੀਆਂ ਦੋ ਮਾਸ਼ਾਅੱਲਾ ਜ਼ਬਰਦਸਤ ਜਾਨਵਰ ਜਨਾਬ, ਕੁਆਲਿਟੀ ਵਾਲਾ। ਸ਼ਹਿਬਾਜ਼ ਭਾਈ ਮਾਦਰ ਖਾਨ ਥੋੜ੍ਹੀ ਦੇਰ ਹੋ ਗਈ, ਮਾਮਲਾ ਸਾਰੇ ਹੈਂਡਲ ਕਰਨੇ ਪੈਂਦੇ ਜਨਾਬ, ਦੁਨੀਆ ਦੇ ਨਾਲ ਨਾਲ ਸਾਰੇ ਮੇਰੇ ਮਾਮਲਾ ਹੈਂਡਲ ਕਰਨੇ ਪੈਂਦੇ। ਇਹ ਜਾਨਵਰ ਮਾਸ਼ਾਅੱਲਾ ਲੋਡ ਕਰਵਾਉਣ ਲੱਗੇ ਹੈ, ਗੁਜਰਾਤ ਜਨਾਬ ਜਾ ਰਹੀ ਹੈ। ਸ਼ਹਿਬਾਜ਼ ਭਾਈ ਸਾਡੇ ਬੜੇ ਅੱਛੇ ਸਬਸਕ੍ਰਾਈਬਰ, ਬੜੇ ਅੱਛੇ ਦੋਸਤ ਜਨਾਬ ਉਹਨਾਂ ਵੱਲ ਜਾ ਰਹੀ ਹੈ। ਅੱਲਾ ਪਾਕ ਖੈਰੀ ਸਲਾਮਤੀ ਭਾਈ ਉਹਨਾਂ ਦੇ ਘਰ ਪਹੁੰਚਾਵੇ ਜਨਾਬ। ਇਹ ਦੇਖੋ ਜਨਾਬ ਲੋਡ ਹੋ ਰਹੀ ਹੈ, ਇਨਸ਼ਾਅੱਲਾ ਅਸੀਂ ਹਮੇਸ਼ਾ ਪੂਰੀ ਜ਼ਿੰਮੇਵਾਰੀ ਦਾ ਧਿਆਨ ਰੱਖਣਾ ਜਨਾਬ, ਜਾਨਵਰ ਡਿਲੀਵਰ ਕਰੀਦਾ। ਇਹ ਜਨਾਬ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ, ਹੁਣ ਲੋੜਿੰਗ ਹੋ ਰਹੀ ਜਾਨਵਰ ਜਾਨਵਰ ਨੰਬਰ ਇੱਕ। ਠੀਕ ਹੈ, ਇਹ ਜਨਾਬ ਜਾਨਵਰ ਨੰਬਰ ਇੱਕ ਜੇ ਤਸੱਲੀ ਕਰ ਲੈਣੀ, ਹਾਈਟ ਦਾ ਅੰਦਾਜ਼ਾ ਤੁਸੀਂ ਮੇਰੇ ਵੀਰਾਂ ਦੋਸਤਾਂ ਲਾ ਲੈਣਾ ਹੈ। ਮਾਸ਼ਾਅੱਲਾ ਆਊਟ ਕਲਾਸ ਪੀਸ ਵੀਰਾਂ ਦੋਸਤਾਂ ਵਾਸਤੇ, ਨਸਲਜ਼ਾਦ ਵੀਰਾਂ ਦੋਸਤਾਂ ਸਾਹਮਣੇ ਸੀਰੋ ਓਰੀਜਨਲ ਮੋਨੀ ਪਹਿਲਾ ਵਾਰ ਡਿਲੀਵਰ ਕੀਤਾ। ਕਿੰਨੇ ਵਾਰ ਮੂੰਹ ਕਿਵੇਂ ਦੱਸੀਏ? ਮਾਸ਼ਾਅੱਲਾ ਜੀ ਦੋਵੇਂ ਮੂੰਹ 'ਚ ਦੋਂਦੀਆਂ, ਮਾਸ਼ਾਅੱਲਾ ਆਊਟ ਕਲਾਸ ਪੀਸ ਜਨਾਬ, ਜਰਸੀ ਤਾਂ ਫਰੀਦਨ ਦਾ ਕਰਾਸ, ਇਵੇਂ ਗੱਲ ਭਾਈ ਜਾਨ। ਇਹ ਦੇਖੋ ਜਨਾਬ
ਹਵਾਨਾ ਮੇਰੇ ਵੀਰਾਂ ਨੇ ਚੈੱਕ ਕਰਨ ਜਨਾਬ ਥੱਬਿਆਂ ਦਾ ਹਵਾਨਾ ਪਹਿਲਾਂ ਨੋਖੇ ਜਨਾਬ ਏਡੇ ਆਰਡਰ ਕੁਆਲਿਟੀ ਬਹੁਤ ਜਨਾਬ ਕਮ ਜਾਨਵਰਾਂ ਦੇ ਹੁੰਦੇ ਨੇ ਆਊਟ ਕਲਾਸ ਪੀਸ ਜਨਾਬ ਆਊਟ ਕਲਾਸ ਬਰੀਡ ਵੀਰਾਂ ਦੋਸਤਾਂ ਦੀ ਨਜ਼ਰ ਹੈ ਇਨਸ਼ਾਅੱਲਾ ਤੁਹਾਡੇ ਵੀਰ ਨੇ ਹਮੇਸ਼ਾ ਅੱਛੇ ਅਤੇ ਮਿਆਰੀ ਜਾਨਵਰਾਂ ਨੂੰ ਤਰਜੀਹ ਦਿੱਤੀ ਹੈ ਇਹ ਜਾਨਵਰ ਨੰਬਰ ਇੱਕ ਜੇ ਮੁੱਠ ਭਰ ਥਣ ਰੁਕ ਰੁਕ ਜਨਾਬ ਕਾਲਾ ਪਾਵਰ ਵਾਲਾ ਲੱਗਾ ਹੈ ਇਹ ਜਨਾਬ ਤਸੱਲੀਆਂ ਕਰਨੀਆਂ ਮਾਸ਼ਾਅੱਲਾ ਜੀ ਆਊਟ ਕਲਾਸ ਪੀਸ ਹੈ ਇਹ ਜਨਾਬ ਇਹਦੇ ਪਿੱਛੇ ਵੱਛਾ ਜੇ ਤਸੱਲੀ ਕਰ ਲਓ ਜਨਾਬ ਪੋਲ ਬਣਿਆ ਹੋਇਆ ਜਨਾਬ ਬੈਠ ਦੇ ਇਹ ਜਨਾਬ ਜਾਨਵਰ ਨੰਬਰ 2 ਜੱਸੀ ਫੀਸ ਨੇ ਵੀ ਇਹ ਜਨਾਬ ਹਾਈਟ ਅੰਦਾਜ਼ਾ ਕਰ ਲੈਣਾ ਜਨਾਬ ਬੰਦੇ ਤੋਂ ਉੱਚੀ ਹਾਈਟ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਪਹਿਲੇ ਨੋਕੇ ਤਾਂ ਏਦਾਂ ਏਡਾ ਜਨਾਬ ਕੱਦ ਕਾਠ ਬਹੁਤ ਕਮ ਜਾਨਵਰਾਂ ਨੂੰ ਹੁੰਦਾ ਅਤੇ ਜਨਾਬ ਸਿਰੋ ਵੀ ਓਰੀਜਨਲ ਮੋਨੀ ਅਤੇ ਉਸ ਤੋਂ ਬਾਅਦ ਜਨਾਬ ਮੂੰਹ ਇਹ ਵੀ ਦੋਂਦੀ ਦੋਵੇਂ ਜਨਾਬ ਪਹਿਲਾਂ ਦੋਵੇਂ ਦੋਂਦੀਆਂ ਦੋਵੇਂ ਸੱਜਣਾ ਸੁਣੀਆਂ ਦੋਵਾਂ ਮਗਰ ਬੱਚੇ ਤੁਰਨ ਫਿਰ ਜਨਾਬ ਤਸੱਲੀਆਂ ਕਰਨੀਆਂ ਤਸੱਲੀਆਂ ਤੁਸੀਂ ਕਰ ਲੈਣੀਆਂ ਲੈਣੇ ਦੇਣੇ ਜਨਾਬ ਨਸੀਬ ਹੁੰਦੇ ਜੇ ਇਹ ਜਾਨਵਰ ਨੰਬਰ 2 ਲੈ ਚਲੋ ਬਾਈ ਜਾਨ ਸਿਰੋ ਜਨਾਬ ਓਰੀਜਨਲ ਮੋਨੀ ਫ੍ਰੀਜ਼ੀਅਨ ਅਤੇ ਜਨਾਬ ਜਰਸੀ ਦਾ ਕਰਾਸ ਬੜਾ ਜਨਾਬ ਕੱਦ ਬੈਠਦਾ ਮਾਸ਼ਾਅੱਲਾ ਲਾਮ ਵੇਖਣੀ ਜਨਾਬ ਵਲਾਲ ਜਿਹੜੀ ਲੰਮੀ ਬੈਠ ਦੋਵੇਂ ਜਨਾਬ ਆਊਟ ਕਲਾਸ ਪੀਸ ਹਵਾਨਾ ਵੀ ਜਨਾਬ ਤਸੱਲੀ ਕਰ ਲੈਣੀ ਇਹ ਵੇਖੋ ਥੱਬਿਆਂ ਦੇ ਵਾਨੇ ਅੱਲਾ ਦੇ ਪਰ ਥਾਣ ਦੇਖਣ ਜਨਾਬ ਮਰਲੇ ਮਰਲੇ ਦੀ ਵਣ ਜਨਾਬ ਰੋਕ ਰੋਕ ਦਾ ਥਾਣ ਇਹਦੇ ਪਿੱਛੇ ਬੱਚਾ 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 ਅੱਗੇ ਬੱਚਾ ਬੱਚਾ ਇਹ ਜਨਾਬ ਇਹਦਾ ਬੱਚਾ ਤੇ ਰੈਸਟ ਮਾਰ ਰਿਹਾ ਇਹ ਜਨਾਬ ਦੋਵੇਂ ਜਾਨਵਰ ਨੇ ਰੇਟ ਤੁਸੀਂ ਸੁਣ ਲੈਣ ਜਨਾਬ ਬਹੁਤ ਇੰਤਹਾਈ ਮਕੂਲ ਨੇ ਅਤੇ ਸਾਡਾ ਰਾਬਤਾ ਨੰਬਰ ਨੋਟ ਕਰੋ 0322 7087 6337 ਨੋਟ ਕਰੋ 0322 7087 6337 ਇਹ ਸਾਡਾ ਰਾਬਤਾ ਨੰਬਰ ਇਹ ਸਾਡਾ ਵਟਸਐਪ ਨੰਬਰ ਇਹ ਜਨਾਬ ਜਾਨਵਰ ਲੋਡ ਹੋ ਗਿਆ ਬਾਕੀ ਜਨਾਬ ਗੱਡੀ ਦਾ ਨੰਬਰ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ ਇਹ ਜਨਾਬ ਦੇਖਣਾ LET 5845 ਤਸੱਲੀਆਂ ਜਨਾਬ ਤੁਸੀਂ ਕਰ ਲੈਣੀਆਂ